ਦੋਸਤੋ ਪ੍ਰੋਗਰਾਮ ਜਸ ਕੈਮਰੇ ਦੀ ਨਜ਼ਰ ਲੈ ਕੇ ਹਾਜ਼ਰ ਹੋਏ ਹਾਂ ਤੁਹਾਡੀ ਖਿਦਮਤ ਦੇ ਵਿੱਚ ਔਰ ਹਮੇਸ਼ਾ ਹੀ ਜਸ ਕੈਮਰੇ ਦੀ ਨਜ਼ਰ ਨੇ ਆਪਣੀ ਕਮਿਊਨਿਟੀ ਵੱਲੋਂ ਕੀਤੀਆਂ ਜਾ ਰਹੀਆਂ ਸਰਗਰਮੀਆਂ ਨੂੰ ਦੁਨੀਆ ਭਰ ਦੇ ਵਿੱਚ ਲੈ ਕੇ ਜਾਣ ਦਾ ਹਰ ਠੋਸ ਉਪਰਾਲਾ ਕੀਤਾ। ਸਾਡੇ ਸਮਾਜ ਦੇ ਵਿੱਚ ਧਾਰਮਿਕ, ਸੱਭਿਆਚਾਰਕ, ਸਾਹਿਤਕ ਜਾਂ ਫਿਰ ਰਾਜਨੀਤਿਕ ਸਰਗਰਮੀਆਂ ਜਿਹੜੀਆਂ ਨੇ ਅੱਜ ਦੀ ਤਰੀਕ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਵਧੀਆਂ ਹੋਈਆਂ ਨੇ ਔਰ ਮੈਂ ਸਮਝਾਂਗਾ ਕਿ ਸਮਾਜ ਦੀ ਸੋਹਜਮਈ ਤਸਵੀਰ ਨੂੰ ਪੇਸ਼ ਕਰਨ ਵਾਸਤੇ ਅਸੀਂ ਹਮੇਸ਼ਾ ਜਸ ਕੈਮਰੇ ਰਾਹੀਂ ਇਹਨਾਂ ਸਾਰੀਆਂ ਸਰਗਰਮੀਆਂ ਨੂੰ ਅੱਗੇ ਰੱਖਦੇ ਹਾਂ। ਗੱਲ ਕਰਦੇ ਹਾਂ ਰਾਜਨੀਤੀ ਦੀ। ਰਾਜਨੀਤੀ ਦੀ ਭਾਰਤ ਦੇ ਵਿੱਚ ਲੋਕ ਸਭਾ ਚੋਣਾਂ ਸਿਰ ਦੇ ਉੱਤੇ ਆਉਣ ਕਰਕੇ ਵਿਦੇਸ਼ਾਂ ਦੇ ਵਿੱਚ ਬੈਠੀਆਂ ਰਾਜਨੀਤਿਕ ਧਿਰਾਂ ਦੀਆਂ ਸਮਰਥਕ ਧਿਰਾਂ ਜਿਹੜੀਆਂ ਨੇ ਉਹ ਵੀ ਵੱਡੇ ਪੱਧਰ ਦੇ ਉੱਤੇ ਸਰਗਰਮ ਹੈ, ਪਰ ਇਸ ਵਾਰ ਸਰਗਰਮੀ ਸਿਰਫ ਅਤੇ ਸਿਰਫ ਇੰਡੀਅਨ ਓਵਰਸੀਜ਼ ਕਾਂਗਰਸ ਦੀ ਜ਼ਿਆਦਾ ਹੀ ਨਜ਼ਰ ਆਈ ਹੈ, ਕਿਉਂਕਿ ਇੰਡੀਅਨ ਓਵਰਸੀਜ਼ ਕਾਂਗਰਸ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਔਰ ਪਾਰਟੀ ਦੀ ਸਪੋਰਟ ਵਾਸਤੇ ਵੱਖ ਵੱਖ ਥਾਵਾਂ ਦੇ ਉੱਤੇ ਯੂਨਿਟ ਸਥਾਪਿਤ ਕੀਤੇ, ਜਿੱਥੇ ਮੈਂ ਸਮਝਾਂਗਾ ਕਿ ਲੋਸ ਐਂਜਲਸ ਕੈਲੀਫੋਰਨੀਆ ਦਾ ਯੂਨਿਟ ਸਥਾਪਿਤ ਕਰਨਾ ਔਰ ਉਸ ਤੋਂ ਬਾਅਦ ਪੰਜਾਬ ਚੈਪਟਰ ਵੱਲੋਂ ਪੈਨਸਲਵੇਨੀਆ ਸਟੇਟ ਦੇ ਨਿਰਮਲ ਸਿੰਘ ਨਿੰਮਾ ਨੂੰ ਪ੍ਰਧਾਨ ਬਣਾਉਣਾ ਅਤੇ ਉਸ ਤੋਂ ਉਪਰੰਤ ਪੰਜਾਬ ਚੈਪਟਰ ਵੱਲੋਂ ਇੱਕ ਸਮਾਗਮ ਜਿਹੜਾ ਰੱਖ ਕੇ ਹੋਰ ਅਹੁਦੇਦਾਰੀਆਂ ਜਿਹੜੀਆਂ ਨੇ ਉਹਨਾਂ ਨੂੰ ਵੀ ਅੱਗੇ ਲੈ ਕੇ ਆਉਣਾ ਔਰ ਇਹੋ ਜਿਹਾ ਇੱਕ ਸਮਾਗਮ ਰਿਚੀ ਰਿਚ ਪੈਲਸ ਦੇ ਵਿੱਚ ਬੀਤੇ ਦਿਨੀਂ ਕੀਤਾ ਗਿਆ, ਜਿਸ ਦੇ ਵਿੱਚ ਸਰਬਣ ਸਿੰਘ ਇਬਰਾਹਿਮਪੁਰ ਨੂੰ ਪੰਜਾਬ ਚੈਪਟਰ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਉਹਨਾਂ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ ਇੰਡੀਅਨ ਓਵਰਸੀਜ਼ ਕਾਂਗਰਸ ਦੇ US ਦੇ ਪ੍ਰਧਾਨ ਮਹਿੰਦਰ ਸਿੰਘ ਗਿਲਜੀਆਂ ਅਤੇ ਪੰਜਾਬ ਚੈਪਟਰ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ ਅਤੇ ਹਰਿਆਣਾ ਚੈਪਟਰ ਦੇ ਪ੍ਰਧਾਨ ਚਰਨ ਸਿੰਘ ਪ੍ਰੇਮਪੁਰਾ ਨੇ ਲੋਕ ਸਭਾ ਚੋਣਾਂ ਦੇ ਵਿੱਚ ਇੱਥੋਂ ਯੂਨਿਟ ਦੇ ਸਾਰੇ ਲੋਕਾਂ ਨੂੰ ਪੰਜਾਬ ਅਤੇ ਭਾਰਤ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਜਾਣ ਦੀ ਅਪੀਲ ਕੀਤੀ। ਇਸ ਮੌਕੇ ਦੇ ਉੱਤੇ ਕਾਂਗਰਸ ਦੇ ਇਸ ਯੂਨਿਟ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਭਾਰੀ ਉਤਸ਼ਾਹ ਦਿਸਿਆ ਔਰ ਆਪਣੀਆਂ ਤਰੀਕਾਂ ਦੇ ਸਹਿਤ ਜਥਿਆਂ ਦੇ ਨਾਲ ਪੰਜਾਬ ਅਤੇ ਭਾਰਤ ਦੇ ਕਈ ਹਿੱਸਿਆਂ ਦੇ ਵਿੱਚ ਆਪਣੇ ਕਾਫਲੇ ਜਿਹੜੇ ਸੀ ਉਹਨਾਂ ਨੇ ਤੋਰ ਲੈਣੇ। ਆਓ ਵੇਖਦੇ ਹਾਂ ਜਸ ਕੈਮਰੇ ਦੀ ਨਜ਼ਰ ਰਾਹੀਂ ਇੱਕ ਖਾਸ ਰਿਪੋਰਟ। ਗੁੱਡ ਈਵਨਿੰਗ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਬੜੀ ਖੁਸ਼ੀ ਔਰ ਮਾਣ ਮਹਿਸੂਸ ਕਰ ਰਿਹਾ ਕਿ ਸਾਡੇ ਦੋ ਚੈਪਟਰ ਜਿਹੜੇ ਨੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪੰਜਾਬ ਚੈਪਟਰ ਅਤੇ ਹਰਿਆਣਾ ਚੈਪਟਰ ਦੇ ਸਾਰੇ ਕਾਰਕੁਨ ਇਕੱਠੇ ਹੋਏ ਨੇ ਅਤੇ ਅੱਜ ਦਾ ਜਿਹੜਾ ਏਜੰਡਾ ਕਿ ਅਸੀਂ ਅਮਰੀਕਾ ਬੈਠੇ ਆਪਣੇ ਭਾਰਤ ਵਰਸ਼ ਦੇ ਜਿਹੜਾ ਸਿਸਟਮ ਹੈ, ਪਾਰਲੀਮੈਂਟ ਇਲੈਕਸ਼ਨ ਜਿਹੜੀ ਹੋਣ ਜਾ ਰਹੀ ਹੈ, ਕਿਸ ਤਰ੍ਹਾਂ ਮਤ ਕਰ ਸਕਦੇ ਹਾਂ ਉਹਦੇ ਬਾਰੇ ਵਿਚਾਰਾਂ ਹੋ ਰਹੀਆਂ ਨੇ ਅਤੇ ਕੁਝ ਸਾਡੇ ਡੈਲੀਗੇਟ ਜਿਹੜੇ ਹਿੰਦੁਸਤਾਨ ਦੀ ਧਰਤੀ 'ਤੇ ਪਹੁੰਚ ਚੁੱਕੇ ਨੇ। ਹਿੰਦੁਸਤਾਨ ਦੇ ਜਿਹੜੇ ਪਾਰਲੀਮੈਂਟ ਦੀ ਇਲੈਕਸ਼ਨ ਹੋ ਰਹੀ 7 ਫੇਸਾਂ 'ਚ ਤਕਰੀਬਨ 3 ਫੇਸ ਕੰਪਲੀਟ ਹੋ ਗਏ ਨੇ ਅਤੇ ਜਿਹੜੇ ਸਾਊਥ ਇੰਡੀਆ ਵਾਲੇ ਸਾਡੇ ਕਾਰਕੁਨ ਆਪਣਾ ਜਿਹੜਾ ਏਜੰਡਾ ਪੂਰਾ ਕਰ ਚੁੱਕੇ ਨੇ ਅਤੇ ਹੁਣ ਸਾਡਾ ਜਿਹੜੀ ਵਾਰੀ ਨੌਰਥ ਇੰਡੀਆ ਦੀ ਹੈ ਅਤੇ ਮੇਰੇ ਵੀਰ ਸਾਰੇ ਜਿਹੜੇ ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ, ਰਾਜਸਥਾਨ ਔਰ ਮੱਧ ਪ੍ਰਦੇਸ਼ ਨਾਲ ਸੰਬੰਧ ਰੱਖਦੇ ਨੇ ਅਸੀਂ ਸਾਰੇ ਜਾ ਰਹੇ ਹਾਂ। ਮੈਂ ਦਾਸ ਖੁਦ ਮਹਿੰਦਰ ਸਿੰਘ ਗਿੱਲ ਜੀ ਹਾਂ, ਕੱਲ੍ਹ ਜਾ ਰਿਹਾ ਅਤੇ ਮੇਰੇ ਸਾਥੀ ਵੀ ਦੋ ਤਿੰਨ ਦਿਨਾਂ 'ਚ ਸਰ ਗੁਰਮੀਤ ਸਿੰਘ ਜੀ ਗਿੱਲ ਪ੍ਰਧਾਨ ਪੰਜਾਬ ਚੈਪਟਰ, ਪ੍ਰੇਮ ਸਿੰਘ ਜੀ ਸੋਰੀ ਚਰਨ ਸਿੰਘ ਜੀ ਪ੍ਰੇਮਪੁਰਾ ਪ੍ਰਧਾਨ ਹਰਿਆਣਾ ਚੈਪਟਰ ਅਤੇ ਮੇਰੇ ਵੀਰ ਸਤੀਸ਼ ਸ਼ਰਮਾ ਜੀ ਚੇਅਰਮੈਨ ਪੰਜਾਬ ਚੈਪਟਰ ਅਤੇ ਜਿਹੜਾ ਅੱਜ ਨਵਾਂ ਇੱਕ ਇਹਨਾਂ ਨੇ ਅਹੁਦਾ ਕ੍ਰੀਏਟ ਕੀਤਾ ਮੇਰੇ ਵੀਰ ਨੇ ਗੁਰਮੀਤ ਸਿੰਘ ਗਿੱਲ ਪੰਜਾਬ ਚੈਪਟਰ ਨੇ ਸੀਨੀਅਰ ਵਾਈਸ ਪ੍ਰਧਾਨ ਬਣਾਏ ਨੇ ਮੇਰੇ ਨੌਜਵਾਨ ਵੀਰ ਨੇ। ਇਹਨਾਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਵੀਰ ਜੀ ਔਰ ਇਹ ਸਾਡੇ ਇਹਨਾਂ ਦਾ ਪਰਿਵਾਰ ਪਿੱਛੋਂ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦਾ। ਬੜੀ ਖੁਸ਼ੀ ਦੀ ਗੱਲ ਆ, ਨਿਊਯਾਰਕ ਦੇ ਵਿੱਚ ਅਸੀਂ ਅੱਜ ਜਿਹੜੀ ਗੈਟਗੈਦਰ ਕੀਤੀ ਆ, ਇੱਥੇ ਅਸੀਂ ਜਿਹੜੇ ਅਮੈਰੀਕਾ ਦਾ ਪੰਜਾਬ ਚੈਪਟਰ ਆ ਜਿਸ ਦਾ ਮੈਂ ਪ੍ਰਧਾਨ ਹਾਂ, ਗੁਰਮੀਤ ਸਿੰਘ ਗਿੱਲ ਮੁੱਲਾਂਪੁਰ, ਔਰ ਮੈਂ ਆਪਣੇ ਨਾਲ ਇਸ ਟਾਈਮ ਵਾਈਸ ਪ੍ਰਧਾਨ ਨੈਸ਼ਨਲ ਅਮੈਰੀਕਾ ਦਾ ਆਪਣੇ ਸਰਬਣ ਸਿੰਘ ਬ੍ਰਹਮਪੁਰ ਨੂੰ ਮੈਂ ਬਣਾ ਰਿਹਾ ਇਸ ਟਾਈਮ, ਕਿਉਂਕਿ ਅੱਜ ਜਿਹੜਾ ਟਾਈਮ ਆ ਮੇਰੇ ਨਾਲ ਨਿਰਮਲ ਸਿੰਘ ਨਿੰਮਾ ਖੜ੍ਹੇ ਨੇ, ਇਹ ਪੈਨਸਲਵੇਨੀਆ ਦੇ ਪ੍ਰਧਾਨ ਨੇ ਅਤੇ ਸਾਡੇ ਨਿਊਯਾਰਕ ਦੇ ਚੇਅਰਮੈਨ ਸਾਡੇ ਬੁੱਟਰ ਸਾਹਿਬ ਅਤੇ ਹਰਿਆਣਾ ਚੈਪਟਰ ਦੇ ਪ੍ਰਧਾਨ ਚਰਨ ਸਿੰਘ ਪ੍ਰੇਮਪੁਰਾ, ਸਾਡੇ ਯੂਥ ਦੇ ਪ੍ਰਧਾਨ ਨੇ ਵਿੱਕੀ ਗਿੱਲ, ਨਾਲ ਏਕਮ ਜੀ ਖੜ੍ਹੇ ਨੇ। ਕਾਂਗਰਸ ਕਮੇਟੀ ਦੇ ਵਿੱਚ ਜਿੰਨੇ ਵੀ ਇਕੱਲੇ ਹਰਿਆਣੇ ਪੰਜਾਬ ਦਾ ਨਹੀਂ, ਇੰਡੀਆ ਲੈਵਲ 'ਤੇ ਵੀ ਇੱਕ ਫੈਮਿਲੀ ਤੌਰ 'ਤੇ ਵੀ ਕਿਸੇ ਨੂੰ ਨੀਵਾਂ ਉੱਚਾ ਨਹੀਂ ਵੇਖਿਆ ਜਾਂਦਾ। ਜਿਵੇਂ ਸਰਬਸੰਤ ਜੀ ਦਾ ਸਾਡੇ ਧਰਮ ਨੇ ਹੋਕਾ ਦਿੱਤਾ, ਇਵੇਂ ਇਹ ਪਾਰਟੀ ਵੀ ਸਰਬਸੰਤ ਜੀ ਹੈ। ਮੋਦੀ ਸਾਹਿਬ ਹੋਰਾਂ ਨੇ ਤਾਂ ਬਿਲਕੁਲ ਹੀ ਕਰੂ ਜਿਹੜਾ ਇੱਕ ਮੋਦੀ ਸਾਹਿਬ ਦਾ ਚਿਹਰਾ ਹੈ,
ਪਿੱਛੇ RSS ਦਾ ਸਾਰਾ ਹੀ ਉਹਨਾਂ ਦੇ RSS ਸਾਡੇ ਸ਼੍ਰੋਮਣੀ ਕਮੇਟੀ ਤੱਕ ਪਹੁੰਚਾਤੀ ਹੈ। ਅਸੀਂ ਕਹਿੰਦੇ ਹਾਂ ਕਿਸੇ ਤਰੀਕੇ ਸਾਂਝੀਵਾਲਤਾ ਦਾ ਫਿਰ ਸੰਦੇਸ਼ ਸਾਰੀ ਵਰਲਡ 'ਚ ਜਾਵੇ ਔਰ ਆਉਣ ਵਾਲਾ ਜਿਹੜਾ ਇੰਡੀਆ ਦਾ ਭਵਿੱਖ ਹੈ ਉਹ ਵਧੀਆ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਬਹੁਤ ਬਹੁਤ ਧੰਨਵਾਦ ਹਾਂ ਮੇਰੇ ਪੰਜਾਬ ਚੈਪਟਰ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ, ਹਰਿਆਣਾ ਚੈਪਟਰ ਦੇ ਪ੍ਰਧਾਨ ਚਰਨ ਸਿੰਘ ਪ੍ਰੇਮਪੁਰਾ, ਉਹਨਾਂ ਦੀ ਪਾਰਟੀ, ਸਾਡੇ IOC ਦੇ ਪ੍ਰਧਾਨ ਮਹਿੰਦਰ ਸਿੰਘ ਗਿੱਲ ਜੀ ਹਾਂ, ਇਹਨਾਂ ਸਾਰਿਆਂ ਦਾ ਮੈਂ ਤਹਿ ਦਿਲੋਂ ਸ਼ੁਕਰਾਨਾ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਹ ਸੇਵਾ ਦਾ ਮੌਕਾ ਦਿੱਤਾ। ਗਿੱਲ ਸਾਹਿਬ ਨੇ ਜਿਨ੍ਹਾਂ ਨੇ ਮੈਨੂੰ ਆਪਣੀ ਸੱਜੀ ਬਾਂਹ ਸਮਝ ਕੇ ਇਹ ਅਹੁਦਾ ਦਿੱਤਾ ਹੈ ਵਾਈਸ ਪ੍ਰੈਜ਼ੀਡੈਂਟ ਦਾ, ਅਤੇ ਮੈਂ ਉਮੀਦ ਕਰਦਾ, ਇਹ ਵੀ ਉਮੀਦ ਕਰਦੇ ਹਨ ਮੇਰੇ ਤੋਂ ਅਤੇ ਮੈਂ ਆਪਣੇ ਆਪ ਤੋਂ ਉਮੀਦ ਕਰਦਾ ਹਾਂ ਕਿ ਮੈਂ ਇਹਨਾਂ ਦੇ ਸੋਚ 'ਤੇ ਨਿਤਰ ਕੇ ਆਵਾਂ। ਮੈਂ ਨਿਰਮਲ ਸਿੰਘ, ਪ੍ਰਧਾਨ ਪੈਨਸਲਵੇਨੀਆ ਤੋਂ, ਜੋ ਮੈਨੂੰ ਇਹ ਸੇਵਾ ਬਖਸ਼ੀ ਹੈ ਸਰਦਾਰ ਗੁਰਮੀਤ ਸਿੰਘ ਗਿੱਲ ਨੇ, ਮੈਂ ਉਹ ਨਿਭਾ ਰਿਹਾ ਅਤੇ ਮੈਂ ਸਾਰੇ ਸੱਜਣਾਂ ਨੂੰ ਜਿੰਨੇ ਵੀ ਇਸ ਟਾਈਮ TV 'ਤੇ ਸੁਣ ਰਹੇ ਨੇ, ਮੈਂ ਸਾਰਿਆਂ ਨੂੰ ਇਹ ਬੇਨਤੀ ਕਰਾਂਗਾ ਕਿ ਜੋ ਵੀ ਬਾਹਰ ਅਮੈਰੀਕਾ ਜਾਂ ਹੋਰ ਕਿਸੇ ਵੀ ਮੁਲਕ 'ਚ ਰਹਿ ਰਹੇ ਨੇ NRI ਭਰਾ, ਉਹ ਸਾਰੇ ਹੀ ਆਪਣੇ ਦੋਸਤਾਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ, ਸਾਰਿਆਂ ਨੂੰ ਕਾਲਾਂ ਕਰਨ ਜਾਂ ਜਾ ਕੇ ਪੂਰੀ ਆਪਣੀ ਕੋਸ਼ਿਸ਼ ਕਰਨ ਅਤੇ ਉਹਨਾਂ ਨੂੰ ਇਹ ਚੀਜ਼ ਦੇ ਵੱਲੋਂ ਸਮਝਾਉਣ ਕਿ ਕਾਂਗਰਸ ਆਉਣੀ ਬਹੁਤ ਜ਼ਰੂਰੀ ਹੈ ਇਸ ਟਾਈਮ। ਅਗਰ ਮੋਦੀ ਦੁਆਰਾ ਆਇਆ ਤਾਂ ਆਪਣੇ ਮੁਲਕ ਪੂਰੇ ਇੰਡੀਆ ਲਈ ਬਹੁਤ ਹੀ ਹਾਨੀਕਾਰਕ ਹੋਵੇਗਾ। ਮੈਂ ਅੱਜ ਸਰਵਣ ਸਿੰਘ ਸਰਵ ਨੂੰ ਕਾਂਗਰਸ ਜੁਆਇਨ ਕਰਨ 'ਤੇ ਵਧਾਈ ਦਿੰਦਾ ਅਤੇ ਇਹ ਬਹੁਤ ਚਿਰ ਤੋਂ ਸਾਡੇ ਨਾਲ ਸੇਵਾ ਕਰ ਰਹੇ ਸੀ ਪਰ ਜੁਆਇਨ ਨਹੀਂ ਸੀ ਕੀਤਾ। ਅੱਜ ਇਹਨਾਂ ਨੂੰ ਵਾਈਸ ਪ੍ਰੈਜ਼ੀਡੈਂਟ, ਪੰਜਾਬ ਚੈਪਟਰ ਦੇ ਵਾਈਸ ਪ੍ਰੈਜ਼ੀਡੈਂਟ ਬਣਾਇਆ ਹੈ ਔਰ ਅਸੀਂ ਆਸ ਕਰਦੇ ਹਾਂ ਕਿ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ। ਔਰ ਮੈਂ ਮੀਡੀਏ ਦਾ, ਰਿਆੜ ਸਾਹਿਬ ਆਪ ਦਾ, ਹਰਦੀਪ ਦਾ, ਗੁਰਮੀਤ ਸਿੰਘ ਜੀ ਦਾ ਧੰਨਵਾਦ ਕਰਦਾ, ਬਾਕੀ ਸਾਰੇ ਆਇਆਂ ਦੋਸਤਾਂ ਦਾ ਧੰਨਵਾਦ ਕਰਦਾ। ਬਾਕੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਕਾਂਗਰਸ ਨੂੰ ਲਿਆਓ ਅਤੇ ਮੋਦੀ ਭਜਾਓ ਜੇ ਇੰਡੀਆ ਨੂੰ ਬਚਾਉਣਾ। ਰਾਜ ਕਾਕੜਾ ਇੱਕ ਇਹੋ ਜਿਹਾ ਗੀਤਕਾਰ ਹੈ ਜਿਸ ਦੇ ਗੀਤ ਪੰਜਾਬ ਅਤੇ ਪੰਜਾਬੀ ਦੇ ਨਾਮ ਪਰ ਲੋਕਾਂ ਨੇ ਔਰ ਫਿਲਮਾਂ ਦੇ ਵਿੱਚ ਵੀ ਗਾਏ ਗਏ, ਪਰ ਜ਼ਿੰਦਗੀ ਦਾ ਉਹ ਅਜਿਹਾ ਕਿਹੜਾ ਮੋੜ ਹੋਏਗਾ ਕਿ ਰਾਜ ਕਾਕੜੇ ਨੇ ਸੱਭਿਆਚਾਰਕ ਗੀਤਾਂ ਤੋਂ ਆਪਣੇ ਮੁੱਖ ਨੂੰ ਮੋੜਦਿਆਂ ਪੰਜਾਬ ਦੀ ਤਰਾਸਤੀ ਔਰ ਸਿੱਖ ਕੌਮ ਦੇ ਉੱਤੇ ਹੋਏ ਜ਼ੁਲਮਾਂ ਦੀ ਦਾਸਤਾਨ ਨੂੰ ਰੂਪਾ ਕਰਨ ਵਾਸਤੇ ਆਪਣਾ ਰਸਤਾ ਮੋੜ ਲਿਆ। ਅੱਜ ਰਾਜ ਕਾਕੜੇ, ਰਾਜਨੀਤੀ, ਤਲਵਾਰ, ਪੱਤਾ ਸਿੰਘਾਂ ਦਾ ਬੈਰੀ ਜਾਂ ਹੋਰ ਅਨੇਕਾਂ ਅਜਿਹੇ ਗੀਤਾਂ ਦੇ ਨਾਲ ਗਾਇਕੀ ਦੇ ਖੇਤਰ ਦੇ ਵਿੱਚ ਵੀ ਪ੍ਰਗਤੀਵਾਦੀ ਲੋਕਾਂ ਦੇ ਵਿੱਚ ਆਪਣੀ ਵਿਸ਼ੇਸ਼ ਪਹਿਚਾਣ ਰੱਖਦਾ। ਬੀਤੇ ਦਿਨੀ ਨਿਊਯਾਰਕ ਦੇ ਵਿੱਚ ਪ੍ਰੈਸ ਕਲੱਬ ਅਤੇ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਬਲਵਿੰਦਰ ਸਿੰਘ ਬਾਜਵਾ ਦੀ ਅਗਵਾਈ ਦੇ ਵਿੱਚ ਰਾਜ ਕਾਕੜੇ ਦਾ ਸਨਮਾਨ ਕੀਤਾ ਗਿਆ, ਜਿਸ ਦੇ ਵਿੱਚ ਨਿਊਯਾਰਕ ਸ਼ਹਿਰ ਦੀਆਂ ਮਾਇਨਾਜ਼ ਹਸਤੀਆਂ ਨੇ ਹਿੱਸਾ ਲਿਆ, ਜਿਸ ਦੇ ਵਿੱਚ ਸਰ ਭੁਪਿੰਦਰ ਸਿੰਘ ਬੋਪਰ ਆਏ, ਜਸਵਿੰਦਰ ਸਿੰਘ ਚੌਲ ਅਤੇ ਹਰਵੰਸ ਸਿੰਘ ਢਿੱਲੋਂ ਤੋਂ ਇਲਾਵਾ ਜਸਵਿੰਦਰ ਸਿੰਘ ਜੱਸੀ ਔਰ ਕੁਲਵੀਰ ਸਿੰਘ ਪ੍ਰੇਮਪੁਰ ਵਗੈਰਾ ਵਰਗੀਆਂ ਹਸਤੀਆਂ ਨੇ ਵੱਡੇ ਪੱਧਰ ਦੇ ਉੱਤੇ ਹਿੱਸਾ ਲਿਆ। ਆਓ ਵੇਖਦੇ ਹਾਂ ਜਸ ਕੈਮਰੇ ਦੀ ਨਜ਼ਰ ਦੇ ਵਿੱਚ ਇਸ ਸਮਾਗਮ ਦੀ ਇੱਕ ਰਿਪੋਰਟ। ਗੀਤਾਂ ਦੇ ਬੋਲ ਆ ਉਹ ਹੋਰ ਦੂਰ ਤੱਕ ਜਾਣ, ਸਾਡਾ ਜਿਹੜਾ ਸੁਨੇਹਾ ਆ ਗੀਤਾਂ ਦੇ ਵਿੱਚ, ਮੈਂ ਗੀਤਾਂ ਦੇ ਰਾਹੀਂ ਜਿਹੜਾ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ ਉਹ ਦੂਰ ਤੱਕ ਜਾਵੇ, ਸੋ ਸਾਡੀ ਫਿਊਚਰ ਦੇ ਵਿੱਚ ਇਹ ਕੋਸ਼ਿਸ਼ ਰਹੂਗੀ। ਇਸੇ ਦੌਰਾਨ ਅਸੀਂ 3 ਫਿਲਮਾਂ ਕੀਤੀਆਂ, ਕੌਮ ਦੇ ਹੀਰੇ, ਪੱਕਾ ਸਿੰਘਾਂ ਦਾ ਲੱਗ ਤੇ ਧਰਮ ਯੁੱਧ ਮੋਰਚਾ। ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਅੱਜ ਕਰੰਟ ਜਿਹੜਾ ਸਿਚੁਏਸ਼ਨ ਆ ਉਹਦੇ ਉੱਪਰ ਅਸੀਂ ਇੱਕ ਫਿਲਮ ਪਲਾਨ ਕਰਨ ਜਾ ਰਹੇ ਹਾਂ ਬੜੀ ਜਲਦੀ, ਉਹ ਵੀ ਅਸੀਂ ਅਨਾਊਂਸ ਕਰਾਂਗੇ ਤਕਰੀਬਨ 1-2 ਮਹੀਨਿਆਂ ਤੱਕ। ਸੋ ਇਹ ਮੇਰੇ ਆਪਣੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਸੀ ਅਤੇ ਕੁਝ ਗੀਤਾਂ ਦੇ ਬੋਲ ਤੁਹਾਡੇ ਨਾਲ ਸਾਂਝੇ ਕਰਦਾ ਹਾਂ। ਤੇਰੇ ਘਰ ਵਿੱਚ ਹੈ ਨੀ ਜੇ, ਤੇਰੇ ਘਰ ਵਿੱਚ ਹੈ ਨੀ ਜੇ ਸਤਿਕਾਰ ਪੰਜਾਬੀ ਦਾ, ਤੂੰ ਕਿੱਥੋਂ ਲੱਭਦਾ ਬੀਬਾ ਪਹਿਰੇਦਾਰ ਪੰਜਾਬੀ ਦਾ। ਤੇਰੇ ਘਰ ਵਿੱਚ ਹੈ ਨੀ ਜੇ ਸਤਿਕਾਰ ਪੰਜਾਬੀ ਦਾ, ਤੂੰ ਕਿੱਥੋਂ ਲੱਭਦਾ ਬੀਬਾ ਪਹਿਰੇਦਾਰ ਪੰਜਾਬੀ ਦਾ, ਜੇ ਛਪਣੇ ਤੋਂ ਪਹਿਲਾਂ ਹੀ ਵਿਕ ਜਾਂਦਾ ਅਖਬਾਰ ਪੰਜਾਬੀ ਦਾ, ਤੂੰ ਕਿੱਥੋਂ ਲੱਭਦਾ ਬੀਬਾ ਪਹਿਰੇਦਾਰ ਪੰਜਾਬੀ ਦਾ।
तू खुद ना करें पंजाबी विच कमकार पंजाबी दा, तू खुद ना करें पंजाबी विच कमकार पंजाबी दा, ते बार कित्थों लभदा पहरेदार पंजाबी दा, चल राज करे करिए रल शिंगार पंजाबी दा, बार कित्थों लभदा पहरेदार पंजाबी दा। ਕਿ ਸੱਚ ਨਾਲ ਜੇ ਖੜ ਨਹੀਂ ਹੁੰਦਾ ਜ਼ੁਲਮ ਨਾਲ ਫਿਰ ਲੜ ਨਹੀਂ ਹੁੰਦਾ। ਨਾਨਕ ਤੇ ਗੋਬਿੰਦ ਨੂੰ ਪੜ ਕੇ ਆਕੂੜ ਦਾ ਕਾਇਦਾ ਪੜ ਨਹੀਂ ਹੁੰਦਾ। ਤਣਾ ਤੇ ਆਖਰ ਤਣਾ ਹੁੰਦਾ ਏ, ਤਣਾ ਕਦੇ ਵੀ ਜੜ ਨਹੀਂ ਹੁੰਦਾ। ਕਿ ਪੈਰਾਂ ਦੇ ਨਾਲ ਸੰਗਲ ਪਾ ਕੇ ਕਦੇ ਚੜਾਈਆਂ ਚੜ ਨਹੀਂ ਹੁੰਦਾ। ਕਈ ਘੜਾਂ ਦੇ ਸਿਰ ਨਹੀਂ ਹੁੰਦੇ ਤੇ ਕਈ ਸਿਰਾਂ ਦਾ ਧੜ ਨਹੀਂ ਹੁੰਦਾ। ਚਿੜੀਏ ਚਿੜੀਏ ਖੁਦ ਨੂੰ ਬਾਜ ਬਣਾ ਲੈ ਤੇ ਬਾਜ ਕਾਵਾਂ ਤੋਂ ਫੜ ਨਹੀਂ ਹੁੰਦਾ। ਬਾਜ ਕਾਵਾਂ ਤੋਂ ਫੜ ਨਹੀਂ ਹੁੰਦਾ। ਕੀ ਵਿਸਾਰਿਆ ਤੇ ਕੀ ਅਪਣਾ ਲਿਆ, ਕੀ ਵਿਸਾਰਿਆ ਤੇ ਕੀ ਅਪਣਾ ਲਿਆ, ਤੇ ਫੈਸ਼ਨਾਂ ਦੀ ਦੌੜ ਵਿੱਚ ਵਿਰਸਾ ਗਵਾ ਲਿਆ। ਠੰਡਾ ਸਭਾ ਮਨ ਦਾ ਚਲਾਇਆ ਬਾਬਾ ਦੀਪ ਸਿੰਘ, ਤੇ ਤੋਲੇ ਦਾ ਮੜਾ ਕੇ ਅਸੀਂ ਗਲੇ ਲਟਕਾ ਲਿਆ। ਇੰਜ ਤੇ ਲੜਾਈਆਂ ਵੀ ਬਾ ਲੜੀਆਂ ਨੀ ਜਾਣੀਆਂ, ਅੱਗ ਦੀਆਂ ਪੈੜਾਂ ਤੇ ਇਥੋਂ ਫੜੀਆਂ ਨੀ ਜਾਣੀਆਂ, ਅੱਗ ਦੀਆਂ ਪੈੜਾਂ ਜਿੰਦੇ ਫੜੀਆਂ ਨੀ ਜਾਣੀਆਂ। ਇੱਕ ਪਿੱਛੇ ਕੋਈ ਜਦੋਂ ਅਕਾਲ ਤਖ਼ਤ ਤੋਂ ਏਦਾਂ ਦੇ ਹੁਕਮਨਾਮੇ ਜਾਰੀ ਹੋਏ ਕਿ ਸਾਧ ਨੂੰ ਸ਼ਰੇਆਮ ਬਰੀ ਕਰ ਦਿੱਤਾ, ਤਾਂ ਉਹਨੂੰ ਜਿਹੜੀ ਦਿੱਲੀ ਦੀ ਅਦਾਲਤ ਆ ਉਹ ਸਜ਼ਾ ਦਿੰਦੀ ਹੈ ਤੇ ਸਾਡੀ ਜਿਹੜੀ ਅਦਾਲਤ ਹੈ ਉਹ ਉਹਨੂੰ ਬਰੀ ਕਰ ਦਿੰਦੀ ਹੈ। ਤਾਂ ਇੱਕ ਕਲਾਕਾਰ ਦੀ ਜਿਹੜੀ ਕਲਮ ਆ ਉਸ ਵੇਲੇ ਕੀ ਲਿਖਦੀ ਹੈ, ਮੈਂ ਉਹ ਚੰਦ ਕਲੈਣਾ ਤੁਹਾਡੀ ਨਜ਼ਰ ਕਰਵਾਇਆ। ਗੁੰਬਦ ਤੇ ਸੋਨਾ ਚੜ੍ਹਦਾ ਰਿਹਾ, ਸੰਗ ਮਰਮਰ ਵੀ ਘੜਦਾ ਰਿਹਾ। ਗੁੰਬਦ ਤੇ ਸੋਨਾ ਚੜ੍ਹਦਾ ਰਿਹਾ, ਸੰਗ ਮਰਮਰ ਵੀ ਘੜਦਾ ਰਿਹਾ। ਸਾਰੀ ਕਲਕੱਤ ਸੁੱਤੀ ਰਹੀ ਤੇ ਟਾਵਾਂ ਟਾਵਾਂ ਲੜਦਾ ਰਿਹਾ। ਉਹ ਹਾਕਮ ਸੀ ਹੰਕਾਰ ਵੀ ਸੀ, ਸਿਖਰਾਂ ਤੇ ਅਤਿਆਚਾਰ ਵੀ ਸੀ। ਉਹ ਹਾਕਮ ਸੀ ਹੰਕਾਰ ਵੀ ਸੀ, ਸਿਖਰਾਂ ਤੇ ਅਤਿਆਚਾਰ ਵੀ ਸੀ। ਉਹਦੇ ਪੰਜ ਸੱਤ ਲੰਬੜਦਾਰ ਵੀ ਸੀ ਤੇ ਬੇਗੈਰਤਾਂ ਨੂੰ ਅਧਿਕਾਰ ਵੀ ਸੀ। ਪਰਵਾਨਾ ਜਾ ਕੇ ਸੜਦਾ ਰਿਹਾ ਜਾਂ ਪਿੰਜਰੇ ਦੇ ਵਿੱਚ ਤੜਦਾ ਰਿਹਾ। ਗੁੰਬਦ ਤੇ ਸੋਨਾ ਚੜ੍ਹਦਾ ਰਿਹਾ, ਸੰਗ ਮਰਮਰ ਵੀ ਖੜਦਾ ਰਿਹਾ। ਸਾਰੀ ਕਲਕੱਤ ਸੁੱਤੀ ਰਹੀ ਬਸ ਟਾਵਾਂ ਟਾਵਾਂ ਲੜਦਾ ਰਿਹਾ। ਉਹ ਕੌਮ ਨੂੰ ਕਰਦੇ ਝੇਡੇ ਸੀ, ਉਹਦੇ ਹੁਕਮ ਵੀ ਕਾਹਦੇ ਖੇਡੇ ਸੀ। ਤੇ ਸਿਰ ਸੁੱਟ ਕੇ ਤੁਰੀਆਂ ਜਾਂਦੀਆਂ ਸੀ ਤੇ ਭੀੜ ਚ ਬਹੁਤੀਆਂ ਭੇਡੇ ਸੀ। ਭੇਡਾਂ ਤੇ ਪਸੂ ਉਹਦੀਆਂ ਨੇ ਜਿਹੜਾ ਮੋਰ ਚ ਡੰਡਾ ਚੜ੍ਹਦਾ ਰਿਹਾ। ਗੁੰਬਦ ਤੇ ਸੋਨਾ ਚੜ੍ਹਦਾ ਰਿਹਾ, ਸੰਗ ਮਰਮਰ ਵੀ ਖੜਦਾ ਰਿਹਾ। ਸਾਰੀ ਕਲਕੱਤ ਸੁੱਤੀ ਰਹੀ ਬਸ ਟਾਵਾਂ ਟਾਵਾਂ ਲੜਦਾ ਰਿਹਾ। ਉਹਨਾਂ ਇੱਜ਼ਤਾਂ ਗਹਿਣੇ ਧਰੀਆਂ ਸੀ, ਹੋਈ ਮੁੱਦਤ ਜ਼ਮੀਰਾਂ ਮਰੀਆਂ ਸੀ। ਸਾਰੀ ਫਸਲ ਜੜ੍ਹਾਂ ਤੋਂ ਖਾ ਛੱਡੀ, ਵੇਖਣ ਨੂੰ ਵੇਲਾਂ ਹਰੀਆਂ ਸੀ। ਰਾਜਪਾਲ ਜੀ ਆਏ ਨੇ ਤੇ ਇਹ ਕਹਿੰਦੇ ਵੀ ਮੁੱਦਾ ਪ੍ਰੋਗਰਾਮ ਕਰਨਾ। ਮੈਂ ਕਿਹਾ ਜੀ ਅਸੀਂ ਦੋ ਤਿੰਨ ਵੀਕ ਤੱਕ ਜਦੋਂ ਵੀ ਪ੍ਰੋਗਰਾਮ ਬਣਿਆ ਨਿਊ ਯਾਰਕ ਆਵਾਂਗੇ, ਤੇ ਇਹ ਕਹਿੰਦੇ ਵੀ ਨਹੀਂ ਮੈਂ ਇੰਨੀ ਵੇਟ ਨਹੀਂ ਕਰਨੀ। ਤੋ ਇਹਨਾਂ ਦਾ ਬਹੁਤ ਧੰਨਵਾਦ। ਇਹ ਸਪੈਸ਼ਲ ਵਰਜੀਨੀਆ ਗਏ ਆਪਣੀ ਪੂਰੀ ਟੀਮ ਲੈ ਕੇ ਤੇ ਉੱਥੋਂ ਇਹਨਾਂ ਨੇ ਮੁੱਦਾ ਪ੍ਰੋਗਰਾਮ ਕੀਤਾ। ਤੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਈ ਥਿੰਕ ਦੈਟਸ ਇਨਫ, ਹੋਰ ਕੋਈ ਟਾਈਮ ਨਹੀਂ ਲੈਣਾ ਤੁਹਾਡਾ। ਤੇ ਤੁਹਾਡਾ ਇਹ ਬਹੁਤ ਬਹੁਤ ਧੰਨਵਾਦ ਹੈ ਵੀ ਤੁਸੀਂ ਇਸ ਸੱਚ ਦੀ ਆਵਾਜ਼ ਨਾਲ ਖੜੇ ਹੋ। ਜਿਨ੍ਹਾਂ ਨੇ ਨਹੀਂ ਪੜਿਆ, ਜਿਨ੍ਹਾਂ ਨੇ ਮੂਵੀ ਨਹੀਂ ਵੇਖੀ, ਪਲੀਜ਼ ਵੇਖੋ, ਪਲੀਜ਼ ਇਹਨਾਂ ਦੇ ਇੱਕ ਜੋ ਲਿਖਿਆ ਉਹ ਪੜ੍ਹੋ। ਔਰ ਜਿਹੜੀ ਗੱਲ ਆਪਣਾ ਰਵਿੰਦਰ ਯਾਲ ਭਾਜੀ ਕਹਿ ਗਏ ਸੀ ਵੀ ਇਹਨਾਂ ਨੇ ਉਹ ਚੀਜ਼ ਛੱਡੀ ਆ ਜਿਹਨੂੰ ਆਪਾਂ ਗੱਲ ਕਰ ਰਹੇ ਸੀ। ਮੇਰੇ ਵੱਡੇ ਵੀਰ ਜੀ ਮੇਰੇ ਤੋਂ ਥੋੜੇ ਇਮੋਸ਼ਨਲ ਹੋ ਰਹੇ ਸੀ, ਆਪਾਂ ਗਾਣਿਆਂ ਨੂੰ ਸਹੀ ਕਰੀਏ। ਇਹਨਾਂ ਦੇ ਘਰ ਤੋਂ ਦਲਜੀਤ ਦੋਸਾਂਝ ਵਰਗੇ ਬੰਦੇ ਜਿਹੜੇ ਆ ਉਹ ਸ਼ੁਰੂ ਹੋਏ। ਇਹਨਾਂ ਦੇ ਗਾਣੇ ਸੁਖਵਿੰਦਰ ਸਿੰਘ ਛਈਆਂ ਛਈਆਂ ਵਾਲੇ ਨੇ ਬੋਲੇ, ਅਮਰਿੰਦਰ ਗਿੱਲ ਬੜੀਆਂ ਮੂਵੀਆਂ ਕੀਤੀਆਂ, ਬੜਾ ਸਕਸੈਸਫੁਲ ਬੰਦਾ ਹੈ, ਉਹਦੀ ਜੜ੍ਹਾਂ ਲਾਉਣ ਵਾਲੇ ਪੰਜ ਸੱਤ ਦਸ ਗਾਣੇ ਪਹਿਲੇ ਇਹਨਾਂ ਨੇ ਬੋਲੇ। ਇਹ ਇਨਸਾਨ ਉਹ ਹੈ ਜਿਹਨੇ ਉਹ ਚੀਜ਼ ਨੂੰ ਛੱਡ ਕੇ ਆਪਣੀ ਕੌਮ ਨੂੰ, ਆਪਣੇ ਸਮਾਜ ਨੂੰ, ਆਪਣੀ ਪੰਜਾਬੀ ਮਾਂ ਬੋਲੀ ਨੂੰ ਗਲੇ ਲਾਇਆ। ਤੇ ਮੇਰਾ ਖਿਆਲ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਅਸੀਂ ਇਹਨੂੰ ਗਲੇ ਲਾਈਏ। ਥੈਂਕ ਯੂ ਸੋ ਮਚ। ਹਾਂਜੀ ਜੀ, ਬਹੁਤ ਵਧੀਆ ਵਿਚਾਰ। ਤਾਂ ਦੇਖ ਲਓ ਤੁਸੀਂ ਇਹਨਾਂ ਦੀਆਂ ਪਹਿਲਾਂ ਮੈਂ ਕਾਕੜਾ ਬਾਰੇ ਇਹਨਾਂ ਦੇ ਰਾਈਟਿੰਗਸ, ਇਹਨਾਂ ਦੇ ਜਿਹੜੀ ਆਰਟ ਹੈ ਸਿੰਗਿੰਗ ਦਾ,
एक्टिंग का वह मैं सारा थोड़ा थोड़ा जानता मुझे बहुत वही जानता मैं इस सब कुछ जो कुछ भी है इन्हों का प्रशंसा लायक है सानू यहोजे बंद की लौड़ है क्योंकि जी सासायटी है वह सुसायटी की जी जी असी ठीक कर सकते हैं जो बारे जो कुछ भी कर सकते हैं वो सिर्फ राइटर ही कर सकते हैं अपने समाज के लिए चंगे सज्जना की चंगे लिखारियों की चंगे गीतकार की एक बड़ी लोड़ महसूस हुई गुरु नानक देव जी दे 550वें जन्म दिहाड़ी नूं समर्पित है और इस मौके दे उत्ते सिख अपनी शरदा मुताबक हर एक काम करदे ने गुरुद्वारा नानक नाम जहाज जर्सी सिटी जिथे हर काम वास्ते अगे रहिंदा है उत्थे इस वार 550वें वरे नूं प्रकाश दिवस नूं समर्पित लगभग 4000 जिहड़े शैल्टर ने उहनां दे विच भोजन जिहड़ा सी उह डिस्ट्रीब्यूट किया गया लैट शेयर मील की मुहिम के तहत गुरुद्वारा नानक नाम जहाज जर्सी सिटी दे विच बीते दिन ही नौजवानों दे विच भारी उत्साह सी आओ वेखते हैं साडे प्रतिनिधि सुखदीप सिंह संगा दे कैमरे की नज़र एक खास रिपोर्ट वाहेगुरु जी का खालसा वाहेगुरु जी की फतेह जिदा दी तुसी सारे नू पता है अमेरिका चे अप्रैल मंथ नू लेट सिख अवेयरनेस ते सिख अप्रीशिएशन मंथ डिकलेयर किया गया ते लेट शेयर मील वालों आपा इस नू सेलीब्रेट कर रहे ने ते आज असी 35 शेल्टर चे घट तो घट 3000 बंदियां ने लंगर तैयार किया है ते असी सारे शेल्टर चे असी अपने हत्थां नाल लंगर नू तैयार करके ते उत्थे जा के उन्हां दे नाल बह के असी सर्व करके ते उत्थे उन्हां दे नाल गल्लां वगैरह करके फिर असी आंदे आ इत्थे वाहेगुरु जी का खालसा वाहेगुरु जी की फतेह गुरु प्यारी साध संगत जीओ सारियां ही साध संगतां ने सतगुरु जी की कृपा नाल जो धन श्री गुरु नानक देव महाराज जी का चलाया है पंथ किरत करो नाम जपो तो वंड छको उस नूं मुख रखते हुए ये जो लंगर की प्रथा चलाई सी उस नूं सारियां साध संगतां इस वक्त नानक नाम जहाज गुरद्वारा साहिब जर्सी सिटी विखे सारियां साध संगतां लंगर तैयार करके वख वख शेल्टरां विच भेज रही हैं सो बड़े ही उत्साह दे नाल सारियां साध संगतां सेवावां करदियां हन सतगुर कृपा करे ये जो सतगुरु जी का चलाया हुआ पंथ है दिन दुगनी तो रात चौगनी तरक्की करे सारियां दियां सेवावां सतगुरु जी अपने दर ते प्रवान करन सो वाहेगुरु जी का खालसा वाहेगुरु जी की फतेह वाहेगुरु जी का खालसा वाहेगुरु जी की फतेह साध संगत जी जिस तरह आप सब जी नूं पता है कि असी अप्रैल महीने नूं सिख एप्रीसीएशन ते सिख अवेयरनैस मंथ की तरह मनाने हां उस नूं मद्देनज़र रखते हुए असी नानक नाम जहाज गुरुद्वारा की संगता वालों लेट शेयर मील वालों एक उपराला किया है जिदे विच असी करीब 35 शैल्टर विच करीब 4000 मीला सर्व कर रहे हैं ते तुसी जिदा देख रहे हो कि ये हर उम्र के लोग जड़े ने प्राणी हिस्सा लै रहे हैं तो प्लीज़ जड़ा है आप लंगर की प्रथा अगे वधांदे हुए वंड छको के सिद्धांत अगे वधांदे हुए इदा ही उदम ते उपराला करते रहिए वाहेगुरु जी का खालसा वाहेगुरु जी की फतेह जो कि सिख अवेयरनैस मंथ न्यू जर्सी स्टेट ने डिकलेयर किया है सो दी एप्रीशिएशन के संदर्भ के जो लेट शेयर ए मील साड़ी ऑर्गेनाइजेशन आ जिहड़ी कि अज तो असी 7 साल पहला 2012 शुरू की सी पहले उपराले असी करते रहे हैं भी जो गुरु नानक देव जी दे गुरपुरब के टाइम पर वक् वक् शैल्टर के लंगर लैके जाइना सो ये संस्था 7 साल तो कम्यूनिटी के बड़ा वधिया काम कर रही जो गुरु महाराज की आपू सिख दी हुई किरत करो वंड छको तो नाम जपो वे चलते हुए संस्था बहुत अगे उपराले कर रही है सिख कम्यूनिटी की जो योगदान रहा है यूनाइटेड स्टेट्स के पूरी उन्होंने रैकेगनाइज करते हुए अप्रैल मंथ में सिख अवेयरनैस मंथ डिकलेयर किया है जो कि आप मनाने सो असी ये शुरू किया लास्ट ईयर तो कि हर साल हुण गुरु नानक देव जी के गुरपुरब के नाल अप्रैल महीने के भी
ਵੱਖ ਵੱਖ ਹੋਮਲੈਸ ਸ਼ੈਲਟਰਾਂ ਦੇ ਵਿੱਚ ਲੰਗਰ ਲੈ ਕੇ ਜਾਇਆ ਜਾਏਗਾ। ਸੋ ਇਹ ਸਾਰਾ ਸੈਕਿੰਡ ਟਾਈਮ ਆ, ਸੈਕਿੰਡ ਉਪਰਾਲਾ ਆ। ਅੱਜ ਅਸੀਂ 35 ਸ਼ੈਲਟਰਾਂ ਦੇ ਵਿੱਚ ਜਾ ਰਹੇ ਹਾਂ ਅਤੇ ਘੱਟ ਤੋਂ ਘੱਟ 3000 ਪ੍ਰਾਣੀਆਂ ਨੂੰ ਸਾਡੀ ਕੋਸ਼ਿਸ਼ ਆ ਵੀ ਉਹਨਾਂ ਤੱਕ ਲੰਗਰ ਪਹੁੰਚਾਇਆ ਜਾਵੇ। ਬਾਕੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਪ੍ਰੋਗਰਾਮ ਤੁਸੀਂ ਦੇਖ ਰਹੇ ਹਾਂ, ਸੰਗਤਾਂ ਵੱਧ ਚੜ੍ਹ ਕੇ ਹਿੱਸਾ ਲੈ ਰਹੀਆਂ, ਬੜਾ ਉਤਸ਼ਾਹ ਆ ਸਾਰੀਆਂ ਸੰਗਤਾਂ 'ਚ। ਜਥੇਬੰਦੀਆਂ ਉਹਨਾਂ ਨੂੰ ਵੀ ਸਾਡੀ ਬੇਨਤੀ ਹੈ ਵੀ ਇੱਦਾਂ ਦੇ ਉਪਰਾਲਿਆਂ 'ਚ ਵੱਧ ਚੜ੍ਹ ਕੇ ਹਿੱਸਾ ਲਓ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਿਸਾਖੀ 5K ਰਨ ਨਿਊਯਾਰਕ ਦਾ ਇੱਕ ਜਾਣਿਆ ਪਹਿਚਾਣਿਆ ਈਵੈਂਟ ਬਣ ਚੁੱਕਾ। ਪਰੇਡ ਤੋਂ ਅਗਲੇ ਦਿਨ 28 ਤਰੀਕ ਨੂੰ ਐਤਵਾਰ ਵਾਲੇ ਦਿਨ ਭਾਵੇਂ ਕਿ ਮੌਸਮ ਨਾਸਾਜ਼ ਸੀ, ਬਰਸਾਤ ਦਾ ਡਰ ਸੀ ਔਰ ਠੰਡੀਆਂ ਹਵਾਵਾਂ ਚੱਲ ਰਹੀਆਂ ਸਨ, ਫਿਰ ਵੀ ਵੁੱਡ ਹੈਵਨ ਦੇ ਉੱਤੇ ਵਿਕਟਰੀ ਪਾਰਕ ਦੇ ਵਿੱਚ ਹਰ ਸਾਲ ਦੀ ਤਰ੍ਹਾਂ 600 ਤੋਂ ਵੱਧ ਬਜ਼ੁਰਗ, ਨੌਜਵਾਨ ਅਤੇ ਬੱਚਿਆਂ ਨੇ 5K ਰਨ ਵਾਸਤੇ ਆਪਣਾ ਵੱਖਰਾ ਹੀ ਜੋਸ਼ ਦਿਖਾਇਆ। ਡਾਕਟਰ ਅਵਤਾਰ ਸਿੰਘ ਟੀਨਾ ਅਤੇ ਸਤਨਾਮ ਸਿੰਘ ਪਰਹਾਰ ਦੀ ਅਗਵਾਈ ਵਿੱਚ ਜਿੱਥੇ ਮਾਰਸ਼ਲ ਆਰਟ ਦਾ ਪ੍ਰਦਰਸ਼ਨ ਵੀ ਕੀਤਾ ਗਿਆ, ਉੱਥੇ ਜੇਤੂ ਬੱਚਿਆਂ ਨੂੰ ਵੱਖਰੇ ਵੱਖਰੇ ਇਨਾਮ ਜਿਹੜੇ ਸੀ ਉਹ ਵੰਡੇ ਗਏ। ਇਹ ਮਨਮੋਹਕ ਨਜ਼ਾਰੇ ਦੀ ਖਾਸ ਰਿਪੋਰਟ ਜਸ ਕੈਮਰੇ ਦੀ ਨਜ਼ਰ, ਆਓ ਵੇਖਦੇ ਹਾਂ। ਗੁਰੂ ਨਾਨਕ ਦੇਵ ਜੀ, ਵਾਂਸ ਅਗੇਨ ਸਾਰਿਆਂ ਨੂੰ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। As soon as everyone's ready, you know, we will start announcing the program for the event. So please, if you have registered, checked in, picked up your t-shirt, bib, please make your way to the start line. The sooner everyone is lined up, the sooner we can begin. All right, guys, we're actually going to be starting within the next 5 minutes. In 5 minutes, we're going to begin. So we need everyone's, whoever's participating. ਡਾਕਟਰ ਟੀਨਾ, ਕੀ ਕਹੋਗੇ ਇਸ ਤੁਸੀਂ ਜਿਹੜੀ 6ਵੀਂ 5K ਰਨ ਹੈ ਉਹਦੇ ਬਾਰੇ? ਅੱਜ ਮੈਂ ਬਹੁਤ ਖੁਸ਼ ਹਾਂ ਕਿਉਂਕਿ ਜਿਉਂ ਜਿਉਂ ਸਾਡਾ ਐਕਸਪੀਰੀਅੰਸ ਵਧਦਾ ਜਾਂਦਾ, ਜਿਉਂ ਜਿਉਂ ਪਾਰਟੀਸਪੈਂਟ ਵਧਦੇ ਜਾਂਦੇ ਨੇ, ਐਂਡ ਵੀ ਆਰ ਡੂਇੰਗ ਵੈਰੀ ਨਾਈਸਲੀ, ਵੈਲ ਆਰਗੇਨਾਈਜ਼ਡ। ਆਪਣੇ ਭੈਣਾਂ ਭਰਾਵਾਂ ਨੂੰ ਇਹ ਬੇਨਤੀ ਕਰਦਾ ਕਿ ਆਪ ਜੀ ਕਿਰਪਾ ਕਰਿਆ ਕਰੋ, ਇਸ ਦੌੜ ਵਿੱਚ ਜ਼ਰੂਰ ਹਿੱਸਾ ਲਿਆ ਕਰੋ। ਇਹ ਜਿਹੜੀ ਐਰਕਾਂ ਦੌੜ ਕਰਾਈ ਜਾ ਰਹੀ ਹੈ, ਇਹ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਗੁਰਪੁਰਬ ਨੂੰ ਮੁੱਖ ਲੈ ਕੇ ਹੈ। ਸੋ ਮੈਂ ਗੁਰਪੁਰਬ ਦੀ ਵੀ ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਟ ਦਿਸ ਟਾਈਮ ਇਫ ਆਈ ਕੁਡ ਰਿਕੁਐਸਟ ਐਵਰੀਵਨ ਟੂ ਪਲੀਜ਼ ਟੇਕ ਅ ਮੋਮੈਂਟ ਆਫ ਸਾਇਲੈਂਸ ਟੂ ਰਿਮੈਂਬਰ ਨਰਿੰਦਰ ਪੰਡਿਤ, ਹੂ ਵਾਸ ਅ ਗ੍ਰੇਟ ਸਟੇਜ ਹੋਸਟ ਦੈਟ ਵੀਵ ਆਲਵੇਸ ਹੈਡ ਐਵਰੀ ਈਅਰ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਸ਼ਿਆ ਰਿਹਾ ਇੱਕ ਦੇਗ, ਤੇਗ ਫਤਿਹ, ਪੰਥ ਕੀ ਜੀਤ, ਗੁਰਜ ਕੀ ਪੈ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ, ਖਾਲਸਾ ਜੀ ਸਾਹਿਬ ਬੋਲਣਾ ਜੇ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨ ਅਸਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਕੀਆਂ ਝੰਡੇ ਮੂੰਗੇ, ਜੁਗੋ ਜੁਗਾ ਟਲ ਧਰਮ ਦਾ ਜਾ ਜਾਕਾਰ ਹੋਵੇ, ਖਾਲਸਾ ਜੀ ਸਾਹਿਬ ਬੋਲਣਾ ਜੇ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਦ ਕਾ ਰਾਖਾ, ਆਪ ਵਾਹਿਗੁਰੂ ਜੀ ਹੇ ਅਕਾਲ ਪੁਰਖ, ਆਪਣੇ ਪੰਥ ਤੇ ਸਦਾ ਸਹਾਇ ਦਾ ਤਾਰ ਜੀਓ, ਅਸ਼ੋਕ ਟੋਕਰਾ, ਡਾਕਟਰ ਦਲਜੀਤ ਸਿੰਘ ਸਿੱਧੂ, ਸਬਜੀ ਮੰਡੀ, ਐਰੋਵਾਲ ਵਿਦ ਐਰੋਵਾਲ ਟਰੈਵਲ, ਐਮ ਐਂਡ ਐਮ ਐਂਡ ਸੁਰਜੀਤ ਸਿੰਘ ਹੀਰ, ਇਹ ਸਾਡੇ
ਸਾਰਿਆਂ ਦਾ ਆਈ ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਧੰਨਵਾਦ ਜੀ, ਤੇ ਤੁਹਾਡੇ ਤੋਂ ਬਿਨਾਂ ਅਸੀਂ ਕੁਛ ਨਹੀਂ ਹਾਂ. ਸੋ ਵੀ ਆਰ ਆਲ ਇਸ ਵਿਨਰ ਐਵਰੀਵਨ, ਥੈਂਕ ਯੂ ਆਲ ਦ ਅਪਰਨਾ ਜੀ, ਵੇਅਰ ਆਰ ਯੂ, ਪਲੀਜ਼ ਕਮ ਗਿਵ ਦ ਫਰਸਟ ਪਲੇਸ ਵਿਨਰਸ ਅ ਬਿਗ ਹੈਂਡ, ਐਵਰੀਵਨ ਗਿਵ ਅ ਬਿਗ ਹੈਂਡ, ਲੈਟਸ ਹੀਅਰ ਇਟ. And Odevi, we are going to give you replicas. You will get the real trophy. Let's encourage them by giving them a big round of applause. Number 52, age 32. Please make your way to the stage. ਬੱਤੀਵੀਂ ਸਿੱਖ ਡੇ ਪਰੇਡ ਬਹੁਤ ਹੀ ਸ਼ਾਨੋ ਸ਼ੌਕ ਦੇ ਨਾਲ ਨਿਕਲੀ ਔਰ ਇਸ ਦੇ ਵਿੱਚ ਆਪਣੀ ਸ਼ਰਧਾ ਮੁਤਾਬਕ ਹਰ ਇੱਕ ਵਿਅਕਤੀ ਨੇ ਸੇਵਾ ਭਾਵਨਾ ਨਾਲ ਹਰ ਤਰ੍ਹਾਂ ਦਾ ਯੋਗਦਾਨ ਪਾਇਆ। ਪਰੇਡ ਤੋਂ ਅਗਲੇ ਦਿਨ ਹੀ ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ ਖਾਸ ਤੌਰ ਦੇ ਉੱਤੇ ਉਹਨਾਂ ਖਾਸ ਵਿਅਕਤੀਆਂ ਦਾ ਸਨਮਾਨ ਕੀਤਾ ਗਿਆ ਜਿਨ੍ਹਾਂ ਲੋਕਾਂ ਨੇ ਪਰੇਡ ਦੇ ਵਿੱਚ ਆਪਣੀ ਸ਼ਰਧਾ ਅਨੁਸਾਰ ਸੇਵਾ ਔਰ ਹਰ ਤਰ੍ਹਾਂ ਦਾ ਯੋਗਦਾਨ ਪਾਇਆ। ਆਓ ਵੇਖਦੇ ਹਾਂ ਸਾਡੇ ਪ੍ਰਤੀਨਿਧ ਦੀਪਕ ਧਮਾਨ ਹੋਰਾ ਦੀ ਇੱਕ ਖਾਸ ਰਿਪੋਰਟ ਜਸ ਕੈਮਰੇ ਦੀ ਨਜ਼ਰ ਰਾਹੀਂ। ਸਭ ਤੋਂ ਪਹਿਲਾਂ ਮੈਂ ਗੁਰਦੁਆਰਾ ਸਿੱਖ ਸੁਸਾਇਟੀ ਅਤੇ ਸਮੂਹ ਸਿੱਖ ਜਗਤ ਨੂੰ ਅਤੇ ਸਮੂਹ ਸੰਗਤਾਂ ਨੂੰ ਅਤੇ ਜਿੰਨੀਆਂ ਵੀ ਗੁਰੂ ਘਰ ਪ੍ਰਬੰਧਕ ਕਮੇਟੀਆਂ ਪੰਥਕ ਜਥੇਬੰਦੀਆਂ ਨੂੰ ਕੱਲ੍ਹ ਦੀ ਸਿੱਖ ਡੇ ਪਰੇਡ, 32ਵੀਂ ਸਿੱਖ ਡੇ ਪਰੇਡ ਦੀ ਕਾਮਯਾਬੀ ਦੇ ਉੱਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਧੰਨਵਾਦ ਕਰਦੇ ਹੋਏ ਲੱਖ ਲੱਖ ਵਧਾਈਆਂ ਪੇਸ਼ ਕਰਦਾ, ਕਿਉਂਕਿ ਕੱਲ੍ਹ ਜਿਹੜੀ ਪਰੇਡ ਸੀ ਉਹ ਇੱਕ ਅਵੇਖਲੀ ਪਰੇਡ ਸੀ ਜਿਹਦੇ ਵਿੱਚ ਨਿਊਯਾਰਕ ਸਾਡੇ ਮੇਅਰ ਨੇ ਸਾਡੇ ਬੱਚਿਆਂ ਦੇ ਸਕੂਲ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਜਿਹੜੀ 5ਵੀਂ ਅਤੇ 6ਵੀਂ ਨੂੰ ਅਗਲੇ ਸਾਲ ਤੋਂ ਜਿਹੜਾ ਵਾ ਉਹ ਸਾਡਾ ਸਿੱਖ ਇਤਿਹਾਸ ਜਿਹੜਾ ਹਰ ਇੱਕ ਬੱਚੇ ਨੂੰ ਪਬਲਿਕ ਸਕੂਲ ਦੇ ਵਿੱਚ ਪੜ੍ਹਨਾ ਪਿਆ ਕਰੇਗਾ ਉਹ ਸਾਡੇ ਵਾਸਤੇ ਸਿੱਖਾਂ ਵਾਸਤੇ ਬਹੁਤ ਕਾਮਯਾਬੀ ਸੀ। ਦੂਸਰਾ ਇਸੇ ਸਾਲ ਦੀਆਂ ਜੇ ਆਪਾਂ ਵੇਖੀਏ ਆਪਾਂ ਗੁਰੂ ਘਰ ਤੋਂ ਬਾਹਰ ਪ੍ਰਾਪਤੀਆਂ ਜਿਹੜੀਆਂ ਸਿੱਖਾਂ ਨੇ ਕੀਤੀਆਂ, ਮੈਂ ਸਮਝਦਾ ਕਿ ਜੋ 10 ਅਪ੍ਰੈਲ ਨੂੰ ਜੋ ਸਾਡੀ ਨਿਊਯਾਰਕ ਸਿਟੀ ਵੱਲੋਂ ਨਿਊਯਾਰਕ ਮੇਅਰ ਵੱਲੋਂ ਅਤੇ ਸਾਡੇ ਕਮਿਊਨਿਟੀ ਅਫੇਅਰ ਯੂਨਿਟ ਵੱਲੋਂ ਜਿਹੜੀ ਵਿਸਾਖੀ ਮਨਾਈ ਗਈ ਸੀ ਉਹਦੇ ਵਿੱਚ ਨਿਊਯਾਰਕ ਸਿਟੀ ਵੱਲੋਂ ਅਤੇ ਸਟੇਟ ਵੱਲੋਂ ਸਾਡੀ ਵਿਸਾਖੀ ਦਾ ਜਿਹੜਾ ਉਹ ਅਸੈਂਬਲੀ ਦੇ ਵਿੱਚ ਵੀ ਜਿਹੜਾ ਸਾਡਾ ਰੈਜੂਲੇਸ਼ਨ ਪਿਆ, ਸਾਡਾ ਰਿਲੀਜੀਅਸ ਗਾਰਬ ਬਿੱਲ ਪਾਸ ਹੋਇਆ, ਮੈਂ ਸਮਝਦਾ ਕਿ ਇਹ ਸਾਰੀ ਸਿੱਖਾਂ ਦੀ ਜਿਹੜੀ ਆ ਜਿੰਨੇ ਵੀ ਜਥੇਬੰਦੀਆਂ ਨੇ ਜਿੰਨੇ ਵੀ ਸਾਡੇ ਸਿੱਖ ਕਿਸੇ ਵੀ ਜਥੇਬੰਦੀ ਨਾਲ ਬਿਲੋਂਗ ਕਰਦੇ ਰਹੇ ਜਿੱਦਾਂ ਜਿੱਦਾਂ ਉਹ ਕੰਮ ਕਰਦੇ ਨੇ, ਅਸੀਂ ਗੁਰਦੁਆਰਾ ਸਿੱਖ ਸੁਸਾਇਟੀ ਵੱਲੋਂ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਦੂਸਰਾ ਕੱਲ੍ਹ ਦੀ ਜਿਹੜੀ ਸਿੱਖ ਡੇ ਪਰੇਡ ਨਿਕਲੀ ਆ ਪਤਾ ਨਹੀਂ ਉਹਦੇ 'ਚ ਵਾਸ਼ਿੰਗਟਨ ਪੋਸਟ ਨੇ, ਕਿਉਂਕਿ ਰਾਤੀ ਮੈਨੂੰ 1:30 ਤੋਂ 12 ਤੋਂ ਲੈ ਕੇ 2 ਤੱਕ ਕਾਲਾਂ ਆਈਆਂ, ਉਹਦੇ 'ਚ ਜਿਹੜੀਆਂ ਇੰਡੀਅਨ ਏਜੰਸੀਆਂ ਨੇ ਉਹਨਾਂ ਨੂੰ ਉਹਦੇ 'ਚ ਬੜੀ ਗਲਤ ਨਿਊਜ਼ ਦਿੱਤੀ ਆ। ਪੋਸਟ ਨੂੰ ਸਵੇਰੇ ਆਪਣੀ ਈਮੇਲ ਘਲਾ ਦਿੱਤੀ, ਉਹਨਾਂ ਨੇ ਸਾਡੇ ਕੋਲ ਕਿਹਾ ਕਿ ਅਸੀਂ ਇਹਨੂੰ ਕਰੈਕਟ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜੇ ਉਹ ਨਾ ਕਰਨਗੇ ਅਸੀਂ ਉਹਦੇ ਨਾਲ ਹੀ ਜਿੰਨਾ ਸਾਡਾ ਇੰਗਲਿਸ਼ ਮੀਡੀਆ ਉਹਦੀ ਅਸੀਂ ਨਿਊਜ਼ ਆਪਣੀ ਬਣਾਈ ਆ, ਕਿਉਂਕਿ ਜਿਹੜੀ ਸਾਡੀ ਸਿੱਖ ਡੇ ਪਰੇਡ ਆ ਇਹ 1984 ਤੋਂ ਬਾਅਦ ਆ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਹਮਲਾ ਕਰਕੇ ਢਹਿ ਢੇਰੀ ਕੀਤਾ ਗਿਆ ਸੀ ਉਹਦੇ ਸੰਬੰਧ ਦੇ ਵਿੱਚ ਜੋ ਇੱਥੋਂ ਦੀਆਂ ਟਰਾਈ ਸਟੇਟ ਦੀਆਂ ਸੰਗਤਾਂ ਸਨ ਉਹਨਾਂ ਦੇ ਮਨ ਦੇ ਰੋਸ ਵਿੱਚ ਕਿ ਸਿੱਖ ਇੱਕ ਵੱਖਰੀ ਕੌਮ ਆ, ਸਿੱਖ ਆਪਣੀ ਆਜ਼ਾਦੀ ਚਾਹੁੰਦੀ ਆ, ਸਿੱਖ ਇੱਕ ਵੱਖਰਾ ਧਰਮ ਆ, ਉਹਦੇ ਸੰਬੰਧ ਦੇ ਵਿੱਚ ਇਹ ਕੱਢੀ ਜਾਂਦੀ ਆ। ਉਹਦੇ ਨਾਲ ਦੀ ਨਾਲ ਅੱਜ ਦੀਆਂ ਲੋੜਾਂ ਨੂੰ ਵੇਖਦੇ ਹੋਏ, ਕਿਉਂਕਿ ਨਿਊਯਾਰਕ ਦੇ ਵਿੱਚ ਸਾਡੀ ਜਿੰਨੀ ਸਾਡੇ ਨਾਲ ਡਿਸਕ੍ਰੀਮੀਨੇਸ਼ਨ ਹੁੰਦੀ ਰਹੀ ਆ, ਹੇਟ ਕ੍ਰਾਈਮ ਹੁੰਦੇ ਰਿਹਾ, ਅਸੀਂ ਸਿੱਖਾਂ ਨੇ ਆਪਣੀ ਆਇਡੈਂਟੀ ਨੂੰ ਜਿਹੜਾ ਉਹ ਬਰਕਰਾਰ ਕੀਤਾ ਅਤੇ ਸਿੱਖ ਹਮੇਸ਼ਾ ਹੀ ਜਿੱਥੇ ਵੀ ਕੋਈ ਅਨਜਸਟਿਸ ਹੁੰਦਾ ਉਹਦੇ ਜਿਹੜੇ ਵਿਰੁੱਧ ਜਿਹੜੇ ਆ ਪਹਿਲੀ ਕਤਾਰ 'ਚ ਜਾ ਕੇ ਖੜੋਂਦੇ ਆ। ਮੈਂ ਸਮਝਦਾ ਕਿ ਹੁਣ ਨਿਊਯਾਰਕ ਸਿਟੀ ਦੇ ਵਿੱਚ ਜਿਹੜਾ ਸਿੱਖਾਂ ਦਾ ਉਹ ਸਿਟੀ ਹਾਲ ਦੇ ਵਿੱਚ ਬੋਲਬਾਲਾ, ਕਿਉਂਕਿ ਇਸੇ ਕਰਕੇ ਕੱਲ੍ਹ ਸਾਡੇ ਕੋਲ ਮੇਅਰ ਸਾਡਾ ਪੁਲਿਸ ਕਮਿਸ਼ਨਰ, ਕਿੰਨੇ ਸਾਲਾਂ ਤੋਂ ਸਾਨੂੰ NYPD 'ਚ ਭਰਤੀ ਨਹੀਂ ਸੀ ਹੁੰਦੀ, ਕਮਿਸ਼ਨਰ ਨੇ ਪਹਿਲੇ ਆ ਕੇ ਜਦੋਂ ਉਹਨਾਂ ਕੋਲ ਅਸੀਂ ਡਿਮਾਂਡ ਕੀਤੀ ਸਾਡੀ ਉਹਨਾਂ ਨੇ ਜਿਹੜੀ ਆ NYPD ਦੇ ਵਿੱਚ ਸਾਨੂੰ ਕੋਈ ਪ੍ਰੋਬਲਮ ਨਹੀਂ, ਦਸਤਾਰ ਬੰਨ ਕੇ ਹੁਣ ਸਾਡਾ ਅਸੈਂਬਲੀ ਦੇ ਵਿੱਚ ਬਲ ਪੇਸ਼ ਹੋ ਗਿਆ, ਸਾਨੂੰ ਜਿੰਨੇ ਸਾਡੇ ਨੌਜਵਾਨ ਨੇ ਸਾਡੀਆਂ ਭੈਣਾਂ ਨੇ ਇਹਨਾਂ ਨੂੰ ਫਾਇਰ ਡਿਪਾਰਟਮੈਂਟ ਦੇ ਵਿੱਚ ਇਹ ਦਸਤਾਰ ਬੰਨ ਕੇ, ਕਿਉਂਕਿ ਸਾਡੀ ਹੋਰ ਜਿਹੜੀ ਆਇਡੈਂਟੀ ਬਣੇਗੀ। ਮੈਂ ਸਮਝਦਾ ਕਿ ਜਿੱਥੇ ਅਸੀਂ ਗੁਰਦੁਆਰਿਆਂ ਦੇ ਵਿੱਚ ਹਾਂ ਉੱਥੇ ਸਾਡੀ ਸਿਟੀ ਦੇ ਵਿੱਚ ਜਿਹੜੀ ਆ ਉਹ ਪਿਛਲੇ ਸਾਲਾਂ ਤੋਂ ਲੈ ਕੇ ਬਹੁਤ ਜ਼ਿਆਦਾ ਜਿਹੜੀ ਆ ਉਹ ਸਿੱਖਾਂ ਦੀ ਜਿਹੜੀ ਆ ਅਪਰੋਚ ਹੋਈ ਆ। ਮੈਂ ਸਮਝਦਾ ਕਿ ਇਹ ਸਾਰੀ ਸਿੱਖ ਕੌਮ ਨੂੰ ਉਸ ਚੀਜ਼ ਦਾ ਸਾਡੇ ਨਿਊਯਾਰਕ ਚੇਚੇ ਤੌਰ 'ਤੇ ਨਿਊਯਾਰਕ ਦੀ ਟਰਾਈ ਸਟੇਟ ਸੰਗਤਾਂ ਨੂੰ ਇਹਦਾ ਜਿਹੜਾ ਕ੍ਰੈਡਿਟ ਜਾਂਦਾ ਅਤੇ ਇਸੇ ਤਰ੍ਹਾਂ ਸਿੱਖ ਪੰਥ ਜਿਹੜਾ ਆਪਣੀਆਂ ਚੜ੍ਹਦੀ ਕਲਾ ਵਿੱਚ ਰਹੇ। ਫਿਰ ਤੋਂ ਧੰਨਵਾਦ ਜੀ, ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਆਪ ਸਭ ਸੰਗਤਾਂ ਨੂੰ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੇ ਆਗਮਨ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ। ਗੁਰਬਾਣੀ ਦਾ ਫਰਮਾਨ ਹੈ, ਜਪਿਓ ਜਿਨ ਅਰਜਨ ਦੇਵ ਗੁਰੂ,
ਸੋ ਸੰਕਟ ਜੋਨ ਗਰਭ ਨਾ ਆਇਓ। ਜੇ ਮੇਰੇ ਕੋਲ ਮੈਨੂੰ ਦੀਦਾ ਵੀ ਸੰਗਤ ਜਿਹੜੀ ਆ ਮੋਸਟਲੀ ਜਿਹੜੀ ਆ ਉਹ ਜਾ ਰਹੀ ਆ, ਪਰ ਮੈਂ ਜਿਹੜੀ ਤੁਹਾਡੇ ਨਾਲ ਵਿਚਾਰ ਕਰਨੀ ਆ, ਤਾਂ ਆਪਾਂ ਤੁਸੀਂ ਇਤਿਹਾਸ ਸੁਣੇ ਸੀਗੇ, ਬੜਾ ਜੋਸ਼ੀਲਾ ਇਤਿਹਾਸ ਹੈਗਾ ਸਾਡਾ, ਬੜਾ ਮਾਣ ਮੱਤਾ ਇਤਿਹਾਸ ਹੈ। ਮੈਂ ਤੁਹਾਡੇ ਨਾਲ ਗੱਲ ਕਰਨੀ ਅੱਜ ਦੀ, ਜਾਂ ਅਸੀਂ ਕੱਲ੍ਹ ਖਾਲਸਾ ਸਥਾਪਨਾ ਦਿਵਸ ਮਨਾਇਆ ਹੈ ਅਤੇ ਬੜੀ ਖੁਸ਼ੀ ਆ, ਬੜੇ ਮਤਲਬ ਆਪਾਂ ਸਭ ਕੁਛ ਬਣਾ ਲੈਂਦੇ ਹੈਗੇ ਹਾਂ, ਪਰ ਗੁਰਬਾਣੀ ਕਹਿੰਦੀ ਆ ਬਾ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਬਾ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਜੇ ਸਤਿਗੁਰ ਭਾਵੇ ਸੋ ਮੰਨ ਲੈਣ ਸਹੀ ਕਰਮ ਕਰੇਨ। ਭਈ ਜਿਹੜੇ ਸਿਆਣੇ ਪੁੱਤ ਹੁੰਦੇ ਆ ਉਹ ਆਪਣੇ ਬਾਬਿਆਂ ਦੀਆਂ ਵੱਡੇ ਬਜ਼ੁਰਗਾਂ ਦੀ ਉਹਨਾਂ ਦੇ ਜੋ ਦਿਖਾਏ ਹੋਏ ਰਸਤੇ ਆ ਉੱਥੇ ਚੱਲਦੇ ਆ, ਅਤੇ ਉੱਥੋਂ ਹੀ ਜਿਹੜੇ ਲੋਕ ਆ ਜਿਹੜੀ ਆਮ ਸੰਗਤ ਆ ਜਾਂ ਭਾਈਚਾਰਾ ਆ ਉਹ ਕਹਿੰਦੇ ਵੀ ਆ ਪੁੱਤ ਆ ਆ ਕਪੁੱਤ ਆ, ਆਪਾਂ ਸਾਰੇ ਪੰਜਾਬੀ ਸਮਝਦੇ ਹਾਂ ਪੁੱਤ ਕਪੁੱਤ। ਤੋ ਜਿਹੜੇ ਤਾਂ ਹੁਣ ਆਪਾਂ ਸਾਰੇ ਹੀ ਚਾਹੁੰਦੇ ਵੀ ਆਪਾਂ ਸਪੁੱਤ ਬਣੀਏ, ਪਰ ਆਪਾਂ ਅੰਦਰ ਆਪਣੇ ਕਦੇ ਝਾਤ ਮਾਰੀਏ ਵੀ ਆਪਾਂ ਬਾਬਾ ਦੀਪ ਸਿੰਘ ਦਾ ਸਾਰਾ ਹੀ ਸਾਡਾ ਇਤਿਹਾਸ ਐਕਚੁਅਲੀ ਮਾਣ ਮੱਤਾ ਹੈ। ਗੁਰੂ ਨਾਨਕ ਦੇਵ ਜੀ ਦਾ ਚਲਾਇਆ ਇਹ ਧਰਮ ਜਿਹੜਾ ਹੈਗਾ ਇਹ ਬਹੁਤ ਵਿਲੱਖਣ ਧਰਮ ਹੈ। ਮੈਨੂੰ ਇਹ ਬੜੀ ਹੈਰਾਨੀ ਹੁੰਦੀ ਆ ਕਿ ਸਾਨੂੰ ਆਪਣੇ ਧਰਮ ਬਾਰੇ ਕੱਖ ਨਹੀਂ ਪਤਾ, ਜਿੱਥੇ ਮੈਂ ਕਹਾਂ ਹੋ ਸਕਦਾ ਗੁਸਤਾਖੀ ਹੋਵੇ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਇਹ ਨਹੀਂ ਸਿੰਘਾਂ ਨੇ ਬਹੁਤ ਸੇਵਾ ਨਿਭਾਈ, ਕੱਲ੍ਹ ਪਰੇਡ 'ਚ ਅਸੀਂ ਸਨਮਾਨਿਤ ਕਰ ਰਹੇ ਹਾਂ। ਸਤਿ ਸ੍ਰੀ ਅਕਾਲ ਸੋ ਨਿਹਾਲ, ਸਤਿ ਸ੍ਰੀ ਅਕਾਲ, ਬਲੇ ਸੋ ਨਿਹਾਲ, ਬਲੇ ਸੋ ਨਿਹਾਲ,